ਪੰਜਾਬ ਦੇ ਵਿੱਚ ਲਗਾਤਾਰ ਜਿੱਥੇ ਕਈ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ ਉੱਥੇ ਹੀ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਪਿਛਲੇ ਸਾਲ ਵਾਲਾ ਡਰ ਬੈਠ ਗਿਆ। ਤਾਂ ਦੱਸ ਦਈਏ ਕਿ ਪਿਛਲੇ ਸਾਲ ਜਿਵੇਂ ਹੜ੍ਹਾਂ ਨੇ ਪੰਜਾਬ ਦੇ ਵਿੱਚ ਭਾਰੀ ਤਬਾਹੀ ਮਚਾਈ ਸੀ ਅਤੇ ਹੁਣ ਉਹਨਾਂ ਹੜ੍ਹਾਂ ਦੀ ਤਬਾਹੀ ਤੋਂ ਬਚਣ ਦੇ ਲਈ ਲੋਕਾਂ ਦੇ ਵੱਲੋਂ ਪਹਿਲਾਂ ਹੀ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਨੇ। ਤਾਂ ਦੱਸ ਦਈਏ ਕਿ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸੇ ਨੇ ਆਪਣੇ ਘਰ ਦੇ ਦਰਵਾਜ਼ੇ 'ਤੇ 3 ਤੋਂ 4 ਫੁੱਟ ਦੀ ਕੰਧ ਬਣਾ ਦਿੱਤੀ ਅਤੇ ਕਿਸੇ ਨੇ ਆਪਣੇ ਦਰਵਾਜ਼ੇ ਦੇ ਉੱਤੇ ਫਲੱਡ ਗੇਟ ਲਗਾ ਦਿੱਤੇ ਨੇ। ਤਾਂ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਘੱਗਰ ਦਰਿਆ ਨੇ ਕਾਫ਼ੀ ਜ਼ਿਆਦਾ ਮਾਰ ਕੀਤੀ ਸੀ ਪਿਛਲੀ ਵਾਰ ਅਤੇ ਇਸ ਵਾਰ ਵੀ ਜੋ ਬਰਸਾਤ ਹੋਈ ਲੋਕਾਂ ਦੇ ਘਰਾਂ ਦੇ ਵਿੱਚ ਪਹਿਲੀ ਬਰਸਾਤ ਦੇ ਨਾਲ ਹੀ ਪਾਣੀ ਵੜ ਗਿਆ ਅਤੇ ਇਸ ਤੋਂ ਬਾਅਦ ਹੁਣ ਲੋਕ ਜੋ ਨੇ ਆਪ ਹੀ ਅਲਰਟ ਹੋਏ ਨੇ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਹੜ੍ਹਾਂ ਦੇ ਨਾਲ ਨਜਿੱਠਣ ਦੇ ਲਈ ਜੇਕਰ ਆਉਂਦਾ ਹੈ। ਤਾਂ ਹੁਣ ਦੂਜੇ ਪਾਸੇ ਲੋਕਾਂ ਨੇ ਵੀ ਆਪਣੀ ਕਮਰ ਕੱਸ ਲਈ ਹੈ ਅਤੇ ਖੁਦ ਹੀ ਹੜ੍ਹਾਂ ਦੇ ਨਾਲ ਨਜਿੱਠਣ ਦੇ ਲਈ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਨੇ। ਤਾਂ ਇਹ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਪਹਿਲਾਂ ਤਾਂ ਇੱਕ ਸਰਕਾਰੀ ਦਫ਼ਤਰ ਹੈ ਜਿਸ ਦੇ ਵਿੱਚ ਸ਼ਰੇਆਮ ਦੇਖਿਆ ਜਾ ਸਕਦਾ ਹੈ ਕਿ ਫਲੱਡ ਗੇਟ ਜੋ ਨੇ ਉਹ ਲਗਾ ਦਿੱਤੇ ਗਏ ਨੇ। ਇਸ ਤੋਂ ਇਲਾਵਾ ਘਰਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਛੋਟੀਆਂ ਛੋਟੀਆਂ ਦੀਵਾਰਾਂ ਬਣਾ ਕੇ ਪਾਣੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। ਲੋਕਾਂ ਦਾ ਕਹਿਣਾ ਹੈ ਕਿ ਕੁਝ ਨਾ ਕੁਝ ਪ੍ਰਬੰਧ ਲੋਕਾਂ ਨੂੰ ਖੁਦ ਆਪ ਵੀ ਕਰ ਲੈਣੇ ਚਾਹੀਦੇ ਨੇ। ਇਹ ਬਾਹਰਲਾ ਪਾਣੀ ਸੜਕ ਦਾ ਜੀ ਅੰਦਰ ਵੜਦਾ ਜੀ, ਅੰਦਰ ਵੀ ਕਰਿਆ ਜੀ ਬੋਰਵੈਲ ਜੀ, ਧਰਤੀ 'ਚ ਜਾਣ ਵਾਸਤੇ ਪਾਣੀ, ਅੰਦਰਲਾ ਪਾਣੀ ਤਾਂ ਵਗ ਜਾਂਦਾ ਜੀ ਧਰਤੀ 'ਚ, ਜਿਹੜਾ ਬਾਹਰਲਾ ਪਾਣੀ ਹੈ ਜੀ ਉਹ ਖਾਸਾ ਨੁਕਸਾਨ ਕਰਦਾ ਜੀ, ਅੰਦਰ ਕਾਰਡ ਵੀ ਖਰਾਬ ਹੁੰਦਾ ਸਾਡਾ, ਟੇਬਲਾਂ ਦੇ ਉੱਪਰ ਪਾਣੀ, ਟੇਬਲ ਗਲੇ ਪਏ ਨੇ ਜੀ ਥੱਲੋਂ, ਇੰਨਾ ਨੁਕਸਾਨ ਹੁੰਦਾ ਜੀ ਹੱਦੋਂ ਵੱਧ, ਇੱਕ ਇੱਕ ਦਿਨ ਪੂਰਾ ਲੱਗਦਾ ਜੀ ਸਫਾਈਆਂ ਕਰਨ 'ਤੇ ਜੀ, ਸਾਰੇ ਕਮਰਿਆਂ 'ਚ ਗੰਦ ਪੈ ਜਾਂਦਾ ਜੀ ਪੂਰਾ। ਇਹ ਆਪਣੇ ਪੱਧਰ 'ਤੇ ਕੀਤਾ ਗਿਆ? ਹਾਂ ਜੀ ਆਪਦੇ ਪੱਧਰ 'ਤੇ ਐਕਸ਼ਨ ਸਾਹਿਬ ਨੇ ਕਰਵਾਇਆ ਜੀ ਵੀ ਚੱਲ ਪਾਣੀ ਦੀ ਬੱਚਤ ਹੋ ਜੂਗੀ, ਬਾਹਰਲਾ ਪਾਣੀ ਅੰਦਰ ਨਹੀਂ ਵੜੂਗਾ ਜੀ, ਅੰਦਰਲਾ ਤਾਂ ਚਲੋ ਸੀਵਰ ਬੋਰ ਪਲਾਂ ਪੂਰਾ ਖਿੱਚ ਲੈਂਦਾ ਜੀ, ਅੰਦਰਲਾ ਪਾਣੀ ਤਾਂ ਨਹੀਂ ਅੰਦਰ ਕਮਰੇ 'ਚ ਜਾਣ ਦਿੰਦਾ ਜੀ, ਜਿਹੜਾ ਬਾਹਰਲਾ ਪਾਣੀ ਇਹਨਾਂ ਨਾਲ ਜਾਂਦਾ ਜੀ ਸੱਲਾਂ ਵੱਜ ਵੱਜ ਮਾਰ ਪੂਰਾ ਕਰਦਾ ਜੀ, ਯਾਨੀ ਕਿ ਬਾਹਰ ਜ਼ਿਆਦਾ ਹੁੰਦਾ, ਬਾਹਰ ਪੂਰਾ ਟੋਭਾ ਬਣ ਜਾਂਦਾ ਜੀ, 4-4 ਫੁੱਟ ਪਾਣੀ ਹੋ ਜਾਂਦਾ ਜੀ, ਬਾਹਰਲਾ ਪਾਣੀ ਇੰਨਾ ਜਾਂਦਾ ਜੀ ਅੰਦਰ ਸੱਲਾਂ ਵੱਜ ਵੱਜ ਕੇ ਪੂਰਾ ਬੁਰਾ ਹਾਲ, ਉੱਤਰਦਾ ਨਹੀਂ ਜੀ, 4-4 ਫੁੱਟ ਪਾਣੀ ਹੋ ਜਾਂਦਾ ਜੀ, ਕੁਰਸੀਆਂ ਦੇ ਉੱਪਰ ਦੀ ਪਾਣੀ ਹੁੰਦਾ ਜੀ, ਬਹੁਤ ਮੁਸ਼ਕਿਲ ਆਉਂਦੀ ਹੋਊ ਇਹਨੂੰ? ਬਹੁਤ ਜੀ ਆਉਂਦੀ ਹੈ ਜੀ ਮੁਸ਼ਕਿਲ ਜੀ, ਹੱਥ ਪੈਰ ਵੱਢਦੇ ਭਾਰੀ ਹੈ ਜੀ ਇਹ, 2 ਬੰਦੇ ਲਾਉਂਦੇ ਨੇ ਜੀ ਇਹਨੂੰ, ਕਿਉਂਕਿ ਪੂਰਾ ਫਸਮਾ ਹੈਗਾ ਜੀ, ਟਾਈਟ ਹੋ ਜਾਂਦਾ ਜੀ, ਜ਼ੋਰ ਪੂਰਾ ਲੱਗਦਾ ਜੀ, ਲਾਉਣਾ ਪੈਂਦਾ ਸਾਨੂੰ, ਖੋਲ੍ਹਣਾ ਵੀ ਪੈਂਦਾ ਜੀ ਇਹ, ਇਸ ਤਰ੍ਹਾਂ ਹੈ ਜੀ। ਕੀ ਨਾਮ ਹੈ ਸਰ? ਹਰਬੰਸ ਸਿੰਘ। ਹਰਬੰਸ ਜੀ, ਪਾਣੀ ਤੋਂ ਪਹਿਲਾਂ ਹੀ ਘਰ ਦੇ ਜੋ ਅਸੀਂ ਦੇਖ ਰਹੇ ਕਿ ਬੈੱਡ ਵਗੈਰਾ ਉੱਪਰ ਰੱਖ ਰੱਖੇ ਨੇ, ਕੀ ਪਾਣੀ ਤੋਂ ਡਰਦੇ ਬਾਰੇ? ਹਾਂਜੀ ਹਾਂਜੀ ਸਰ, ਪਾਣੀ ਦੀ ਤਾਂ ਇੰਨੀ ਜ਼ਿਆਦਾ ਸਮੱਸਿਆ ਇੱਥੇ ਕਿ ਇੰਨਾ ਇੰਨਾ ਪਾਣੀ ਇੱਥੇ ਨਿਸ਼ਾਨੀਆਂ ਲੱਗੀਆਂ ਹੋਣਗੀਆਂ, ਅਤੇ ਮੈਂ ਮਿਲਿਆ ਵੀ ਅਧਿਕਾਰੀਆਂ ਨੂੰ, ਇੱਥੋਂ ਤੱਕ ਕਿ ਮੈਂ ਭਗਵੰਤ ਮਾਨ ਸਾਹਿਬ ਕੋਲ ਵੀ ਗਿਆ ਸਿਰਫ ਕੁਆਟਰ ਦੇ ਵਾਸਤੇ, ਕਿਉਂਕਿ ਉਹ ਤਾਂ ਮਿਲਦੀ ਨਹੀਂ ਕਿਸੇ ਨੂੰ, ਅਫਸਰਾਂ ਨੂੰ ਮਿਲ ਕੇ ਮੈਂ 3-4 ਵਾਰੀ ਮਿਲ ਕੇ ਥੱਕ ਹਾਰ ਕੇ ਮੈਂ ਬੈਠ ਗਿਆ, ਕੇ ਆਹ ਪੈਂਦੇ ਬੈੱਡ, ਬੋਕਸ ਬੈੱਡ ਤਾਂ ਮੇਰੇ ਖਰਾਬ ਹੋ ਗਏ ਆ ਜੀ, ਉਹ ਤਾਂ ਸਿੱਟ ਦਿੱਤੇ ਨੇ, ਸਿੰਗਲ ਬੈੱਡ ਲੈ ਕੇ ਅਸੀਂ ਆਹ ਹਾਲ ਹੈ, ਕਿਉਂਕਿ 1 ਤਰੀਕ ਨੂੰ ਸਕੂਲ ਲੱਗੇ ਨੇ, ਹਜੇ ਤੱਕ ਮੈਂ ਬੱਚਿਆਂ ਨੂੰ ਇਸ ਕਰਕੇ ਨਹੀਂ ਸਕੂਲ ਭੇਜ ਸਕਿਆ ਕਿਉਂਕਿ ਉੱਪਰ ਨੀਚੇ ਦਾ ਫਿਰ ਬੱਚੇ ਲੈ ਕੇ ਜਾਂਦੇ ਨੇ ਮੇਰੇ ਨਾਲ ਸਮਾਨ, ਕਿਰਪਾਨ ਸਿਰ 'ਤੇ ਰੱਖ ਕੇ ਜੀ ਫਿਰ ਮੈਂ ਬਾਲਟੀਆਂ ਨਾਲ ਪਾਣੀ ਕੱਢਦਾ ਇਧਰਲੇ ਪਾਸੇ ਸਾਰਾ, ਅਤੇ ਜਿਹਦੇ ਕਰਕੇ ਕਿਉਂਕਿ ਮੈਂ 100% ਹੈਂਡੀ ਬਲਾਇੰਡ ਹੈ, ਮੇਰੀ ਘਰਵਾਲੀ ਆ ਉਹ ਵੀ 100% ਹੈਂਡੀਕੈਪਟ ਹੈ, ਜਿਹਦੇ ਕਰਕੇ ਕਿਉਂਕਿ ਮੈਂ ਵੱਡੀਆਂ ਕੋਠੀਆਂ ਤੋਂ ਕੀ ਲੈਣਾ, ਭਾਵੇਂ ਮੈਨੂੰ ਕੋਈ ਛੋਟਾ 4 ਕਲਾਸ ਦਾ ਕੁਆਟਰ ਦਿੱਤਾ ਜਾਵੇ, ਘੱਟੋ ਘੱਟ ਸੁਰੱਖਿਆ ਵਾਲੇ ਥਾਵੇਂ ਤਾਂ ਮੈਨੂੰ ਭੇਜਿਆ ਜਾਵੇ ਜੀ, ਇੱਥੇ ਬਹੁਤ ਜ਼ਿਆਦਾ ਸਮੱਸਿਆ ਸਰ। ਕਿੰਨਾ ਪਾਣੀ ਆ ਜਾਂਦਾ ਇੱਥੇ? ਪਾਣੀ ਇੰਨਾ ਇੰਨਾ ਹੁੰਦਾ ਜੀ, ਮੈਂ ਆਪ ਹਾਂਜੀ ਲੱਖ ਲੱਖ ਪਾਣੀ ਭਰ ਜਾਂਦਾ, ਹੁਣ ਵੀ ਮੇਰੇ ਘਰ ਦੇ ਉੱਪਰ ਬੈਠੇ ਨੇ ਕਿਉਂਕਿ ਇੱਕ ਨਾ ਉੱਪਰ ਚੜ੍ਹ ਸਕਦੇ, ਨਾਲ ਕਨਾੜੇ ਚੱਕ ਕੇ ਹੀ ਉੱਪਰ ਲੈ ਕੇ ਜਾਣਾ ਪੈਂਦਾ, ਉਹਨੂੰ ਅਸੀਂ ਚੱਕ ਕੇ ਲਿਆਉਣਾ ਪੈਂਦਾ,
ਚਲੋ ਜ਼ਿੰਦਗੀ ਹੈ ਤਾਂ ਹੀ ਚੱਲੂਗੀ ਜੀ, ਬੱਚੇ ਦੇ ਤੇ ਰੱਬ ਨੇ, ਆਪਾਂ ਸੰਤੁਸ਼ਟ ਹੈ। ਪਰ ਆਹ ਜਿਹੜਾ ਸਰਕਾਰਾਂ ਨਹੀਂ ਨਾ ਸੁਣਦੀਆਂ ਜੀ, ਇਹਨਾਂ ਤੋਂ ਬਹੁਤ ਤੰਗ ਆ ਗਿਆ ਮੈਂ। ਕੀ ਨਾਮ ਹੈ ਸਰ? ਸਰ ਲੱਖਾ ਸਿੰਘ ਜੀ ਦਾ। ਲੱਖਾ ਜੀ, ਦੀਵਾਰਾਂ ਖਿੱਚੀਆਂ ਨੇ, ਇੱਕ ਪਾਸੇ ਇੱਟਾਂ ਦੀ ਦੀਵਾਰ ਆ ਅਤੇ ਦੂਜੇ ਪਾਸੇ ਲੋਹੇ ਦੀ ਦੀਵਾਰ ਆ, ਕੀ ਗੱਲਬਾਤ ਆ? ਸਰ ਇਹ ਇੱਟਾਂ ਦੀ ਦੀਵਾਰ ਉੱਧਰਲੇ ਪਾਸੇ ਹੈ ਜੀ, ਪਾਣੀ ਉੱਧਰ ਵੀ ਸਾਡਾ ਮਤਲਬ ਰਿਕਾਰਡ ਪਿਆ ਉਰਲੀ ਸਾਈਡ ਜੀ, ਅਤੇ ਉੱਧਰ ਛੋਟਾ ਗੇਟ ਸੀ, ਇੱਧਰ ਇਹ ਵੱਡਾ ਗੇਟ ਤਾਂ ਲਵਾਤਾ ਜੀ, ਇਹ ਸਾਰਾ ਪਾਣੀ ਅੰਦਰ ਤੱਕ ਮਾਰ ਕਰਦਾ ਜੀ। ਜਦੋਂ ਸਰ ਇਹ ਪਾਣੀ ਇੱਧਰਲਾ ਪਾਣੀ ਦਫ਼ਤਰ ਨੂੰ ਜਦੋਂ ਜਾਂਦਾ, ਕੋਈ ਗੱਡੀ ਲੰਘਦੇ ਵਾਹਨ ਲੰਘਦਾ, ਮੰਗ ਕੇ ਸਾਰਾ ਅੰਦਰ ਪਾਣੀ ਜਾਂਦਾ ਜੀ, ਇਸ ਕਰਕੇ ਗੇਟ ਲੱਗਿਆ ਹੋਇਆ ਜੀ। ਇਹ ਗੇਟ ਤਾਂ ਲਵਾਇਆ ਜਾਂਦਾ ਜੀ, ਵੀ ਹੁਣ ਅਸੀਂ ਇਹ ਕਾਰਨ ਇਹ ਚੀਜ਼ ਕਹਿ ਰਹੇ ਜੀ ਵੀ ਇਹ ਪਾਣੀ ਦਾ ਵੱਧ ਤੋਂ ਵੱਧ ਹੱਲ ਕੀਤਾ ਜਾਵੇ, ਕਿਸੇ ਪਾਸੇ ਨਿਕਾਸ ਹੋਵੇ। ਅਤੇ ਸਾਡੇ ਦਫ਼ਤਰ ਦੇ ਵਿੱਚ ਸਾਡਾ ਰਿਕਾਰਡ ਸਾਰਾ ਖਰਾਬ ਹੁੰਦਾ, ਅਤੇ ਇਹ ਜੋ ਅਸੀਂ ਚੱਕਦੇ ਹਾਂ ਸਾਨੂੰ ਮਤਲਬ ਇਹ ਡਰ ਰਹਿੰਦਾ ਜੀ, ਜੇ ਅਸੀਂ ਇੱਕ ਵਾਰੀ ਚੱਕ ਕੇ ਉੱਧਰੋਂ ਮੀਂਹ ਆ ਜੇ ਤਾਂ ਸਾਨੂੰ ਫਿਰ ਦੁਬਾਰਾ ਮਤਲਬ ਇਹਨੂੰ ਫਿਰ ਲਾਉਣਾ ਪੈਂਦਾ ਜੀ, ਚੱਕਦੇ ਹਾਂ ਤਾਂ ਲਾਉਂਦੇ ਹਾਂ ਕਿਤੇ ਚੱਕਦੇ ਹਾਂ ਕਿਤੇ। ਪਾਣੀ ਦੇ ਡਰ ਤੋਂ ਸਾਰਾ ਕੁਛ ਕੀਤਾ? ਹਾਂਜੀ, ਪਾਣੀ ਦੇ ਡਰ ਤੋਂ ਕੀਤਾ ਜੀ ਸਰ। ਹਾਂਜੀ ਹਾਂਜੀ, ਉੱਧਰਲੇ ਪਾਸੇ ਵੀ ਕਰਿਆ ਜੀ ਗੇਟ, ਪਰ ਵੀ ਪਾਣੀ ਇੱਧਰ। ਸਲੋਚਨਾ ਜੀ, ਇਹ ਮੌਸਮ ਵਿਭਾਗ ਨੇ ਦੱਸਿਆ ਜੀ ਮੀਂਹ ਪਾਣੀ ਜ਼ਿਆਦਾ ਆਊਗਾ, ਪਹਿਲਾਂ ਵੀ ਸਾਡੇ ਅੰਦਰ ਪਾਣੀ ਵਰਦਾ ਸੀਗਾ, ਅਤੇ ਹੁਣ ਸਾਨੂੰ ਬਚਾਅ ਵਾਸਤੇ ਫਿਰ ਬਾਹਰ ਮੂਹਰੇ ਇੱਟਾਂ ਲਾਉਣੀ ਪੈਣੀਆਂ। ਇੱਟਾਂ ਲਾ ਕੇ ਨਾ ਇਹ ਪੱਕੀ ਸੀਮਿੰਟ ਨਾਲ ਅਸੀਂ ਲਾ ਕੇ ਨਾ, ਔਰ ਹੁਣ ਆਪਣਾ ਸਮਾਨ ਬਚਾਓ ਲਈਏ ਇੱਟਾਂ ਲਾਈਆਂ, ਇਸ ਗੇਟ ਵੀ ਲਾਈਆਂ, ਦੂਸਰੇ ਗੇਟ ਵੀ ਲਾਈਆਂ ਜੀ, ਮੇਨ ਗੇਟ। ਪਾਣੀ ਜ਼ਿਆਦਾ ਹੁੰਦਾ, ਹੁਣ ਸਾਡੇ ਬੁਜ਼ੁਰਗ ਨੇ ਉਹ ਬਾਹਰ ਨਿਕਲਦੇ ਨੇ, ਕਦੇ ਉਹਨਾਂ ਦੇ ਠੋਕਰ ਵੱਜਦੀ ਹੈ, ਕਈ ਇੱਕ ਦਿਨ ਤੋਂ ਡਿੱਗ ਵੀ ਗਏ ਜੀ, ਫਿਰ ਔਖਾ ਹੈ ਜੀ, ਪਰ ਕਰੀਏ ਕੀ, ਬਚਾਓ ਵਾਸਤੇ ਕੁਛ ਹੋਣਾ ਚਾਹੀਦਾ। ਹਾਂ, ਮੇਹ ਕਾ ਪਾਣੀ ਜੀ, ਕੋਈ ਪਾਣੀ ਕੀ ਨਿਕਾਸੀ ਹੋਵੇ, ਪਾਣੀ ਕਾ ਨਿਕਾਸ ਨਹੀਂ ਹੈ, ਹੋਰ ਤੋਂ ਕੀ ਕਰ ਸਕਦੇ ਨੇ, ਨਿਕਾਸ ਹੋਣਾ ਚਾਹੀਦਾ ਪਾਣੀ ਕਾ। ਸਰ ਕੀ ਅਸੀਂ ਦੇਖਿਆ ਘਰਾਂ ਦੇ ਮੂਹਰੇ ਪੱਕੀਆਂ ਦੀਵਾਰਾਂ ਖਿੱਚ ਰੱਖੀਆਂ ਨੇ, ਕੀ ਬੋਲਣਾ ਚਾਹੁੰਦੇ? ਦੇਖੋ ਜੀ, ਦੀਵਾਰਾਂ ਖਿੱਚਣ ਦਾ ਕਿਸੇ ਨੂੰ ਵੀ ਸ਼ੌਂਕ ਨਹੀਂ ਹੁੰਦਾ, ਕਿਉਂਕਿ ਮਸਾਂ ਦਾ ਅਗਲਾ ਘਰ ਬਣਾਉਂਦਾ ਗਾ। ਹੁਣ ਤਕਰੀਬਨ ਜਦੋਂ ਕਈ ਸਾਲ ਹੋ ਗਏ ਘਰ ਬਣੇ ਹੋਏ ਨੇ ਜਿਨ੍ਹਾਂ ਦੇ, ਅਤੇ ਗਲੀਆਂ ਬਣੀਆਂ ਨੇ ਗੇ, ਇੰਟਰਲਾਕਿੰਗ ਲੱਗੇ ਆ, ਇਹਦੇ ਵਿੱਚ ਜਿਹੜਾ ਬਰਸਾਤੀ ਪਾਣੀ ਦੀ ਨਿਕਾਸੀ ਆ ਉਹਦਾ ਕੋਈ ਹੱਲ ਨਹੀਂ ਕੀਤਾ ਗਿਆ ਮਹਿਕਮੇ ਵੱਲੋਂ, ਜਿਹਦੇ ਕਰਕੇ ਜਦੋਂ ਬਾਰਿਸ਼ ਪੈਂਦੀ ਹੈ ਜੇ 15-20 ਮਿੰਟ ਜਾਂ ਅੱਧਾ ਘੰਟਾ ਬਾਰਿਸ਼ ਪੈ ਜਾਂਦੀ ਹੈ ਤਾਂ ਗਲੀਆਂ ਸਾਰੀਆਂ ਪਾਣੀ ਨਾਲ ਭਰ ਜਾਂਦੀਆਂ ਨੇ, ਅਤੇ ਜਿਹੜੇ ਘਰ ਉੱਚੇ ਨੇ ਗੇ ਉਹਨਾਂ ਦਾ ਤਾਂ ਦੇਖੋ ਬੱਚਤ ਹੋ ਜਾਂਦੀ ਆ, ਪਰ ਜਿਹੜੇ ਘਰ ਨੀਵੇਂ ਨੇ ਉਹਨਾਂ ਘਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਪਾਣੀ ਵੜ ਜਾਂਦਾ ਗਾ। ਜਦੋਂ ਪਾਣੀ ਵੜ ਜਾਂਦਾ ਗਾ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਐਂ ਹਿਸਾਬ ਲਾ ਲਓ ਵੀ ਉਹ ਘਰ ਦਾ ਜਿਹੜਾ ਸਮਾਨ ਹੈਗਾ ਉਹ ਵੀ ਖਰਾਬ ਹੁੰਦਾ। ਹੁਣ ਬਚਾਅ ਦੇ ਲਈ ਲੋਕਾਂ ਨੇ ਇੱਕ ਆਹ ਘਰ ਆ ਸਾਡੇ ਮਾਤਾ ਜੀ ਖੜ੍ਹੇ ਨੇਗੇ, ਅਤੇ ਇੱਧਰ ਨਾਲ ਕਈ ਘਰ ਹੋਰ ਵੀ ਨੇ ਜਿਨ੍ਹਾਂ ਨੇ ਮਕਾਨਾਂ ਦੇ ਵਿੱਚ ਮੂਹਰੇ ਦੇੜੀਆਂ ਬਣਾਈਆਂ ਨੇਗੀਆਂ, ਕਿਉਂਕਿ ਉਹਨਾਂ ਨੂੰ ਬਾਲਟੀ ਦੇ ਨਾਲ ਪਾਣੀ ਕੱਢ ਕੱਢ ਕੇ ਬਾਹਰ ਡੋਲਣਾ ਪੈਂਦਾ ਸੀਗਾ ਜੀ।